ਰੁਪਏ ਕੱਟ ਜੂਗੀ ਜਵਾਕ ਨੂੰ ਪੜ੍ਹਾ ਲਈਏ। ਮੈਂ ਦੋਨੇ ਮਜਬੂਰੀਆਂ ਮੈਂ ਮਰਜ਼ੀ 'ਚ ਬਦਲਣੀਆਂ ਚਾਹੁੰਦਾ। ਆਉਣ ਵਾਲੇ ਕੁਛ ਮਹੀਨਿਆਂ ਤੱਕ ਤੁਹਾਡੀ ਮਰਜ਼ੀ ਹੋਊਗੀ, ਇਲਾਜ ਪ੍ਰਾਈਵੇਟ 'ਚ ਕਰਾਉਣਾ ਜਾਂ ਸਰਕਾਰੀ 'ਚ ਕਰਾਉਣਾ, ਇਲਾਜ ਇੱਕੋ ਜਿਹਾ ਹੋਊਗਾ। ਪਰ ਔਰ ਸਰਕਾਰੀ 'ਚ ਪੈਸੇ ਵੀ ਨਹੀਂ ਲੱਗਣੇ, ਮੁਫ਼ਤ ਇਲਾਜ ਹੋਊਗਾ ਜਿਵੇਂ ਦਿੱਲੀ 'ਚ ਹੁੰਦਾ। ਬਿਲਕੁਲ ਐਵੇਂ ਜਿਵੇਂ ਆਪਾਂ ਸਕੂਲਾਂ ਦਾ ਕਰ ਦੇਣਾ ਕਿ ਤੁਹਾਡੀ ਮਜਬੂਰੀ ਨਹੀਂ, ਤੁਹਾਡੀ ਮਰਜ਼ੀ ਹੈ। ਪ੍ਰਾਈਵੇਟ 'ਚ ਪੜ੍ਹਾਉਣਾ ਬੱਚਾ ਪ੍ਰਾਈਵੇਟ ਪੜ੍ਹਾ ਲਓ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾਓ, ਪਰ ਪੜ੍ਹਾਈ ਇੱਕੋ ਜਿਹੀ ਹੋਊਗੀ ਅਤੇ ਸਰਕਾਰੀ 'ਚ ਫੀਸ ਨਹੀਂ ਲੱਗੂਗੀ, ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ। ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ। ਜੇ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰ ਕੇ ਮੇਰਾ ਸਾਥ ਦਿਓ। ਸੋ ਵੀਰ 43,000 ਨੌਕਰੀਆਂ, ਉਸ ਤੋਂ ਬਾਅਦ ਬਿਜਲੀ ਦੇ ਬਿੱਲ, ਅੱਧੀ ਤੋਂ ਵੱਧ ਕਮਾਈ ਬਿਜਲੀ ਦੇ ਬਿੱਲ 'ਚ ਚਲੀ ਜਾਂਦੀ ਸੀ। ਵੀਰੋ 300 ਯੂਨਿਟ ਪਰ ਮੰਥ, ਯਾਨੀ ਕਿ 600 ਯੂਨਿਟ, ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ, ਭਾਵੇਂ ਏਸੀ ਵੀ ਲੱਗੇ ਹੋਏ ਤੁਹਾਡੇ ਘਰ, ਪਰ ਜੇ ਤੁਹਾਡਾ ਬਿਜਲੀ ਦਾ ਜਿਹੜਾ ਮੀਟਰ ਹੈ ਉਹ 600 ਤੋਂ ਥੱਲੇ ਹੈ ਤਾਂ ਬਿਜਲੀ ਦਾ ਬਿੱਲ ਜ਼ੀਰੋ ਆਊਗਾ। 90% ਘਰਾਂ ਨੂੰ ਬਿਜਲੀ ਦਾ ਬਿੱਲ, ਜਿਹਨਾਂ ਜਿਹਨਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਹੱਥ ਖੜੇ ਕਰਕੇ ਤਾੜੀਆਂ ਮਾਰ ਦਿੰਦਾ ਸਾਰੇ ਵਾਂਗੂ। ਬਿਲਕੁਲ ਇਸੇ ਤਰ੍ਹਾਂ ਹੀ ਹੋਰ ਸਹੂਲਤਾਂ ਜਿਹੜੀਆਂ ਗਰੀਬਾਂ ਨੂੰ, ਇਹਨਾਂ ਨੇ ਕਾਰਡ ਕੱਟਤੇ ਸੀ, ਕਈ ਲੋਕਾਂ ਨੇ ਗਲਤ ਬਣਾ ਲਏ। ਮੈਂ ਆਰਡਰ ਕਰਤਾ ਕਿ ਜਿਹਦੇ ਕੋਲ ਪਹਿਲਾਂ ਕਾਰਡ ਸੀ ਉਹਦਾ ਕਾਰਡ ਭਾਵੇਂ ਉਹਦੇ ਹੱਥ 'ਚ ਬਾਅਦ 'ਚ ਆਵੇ, ਪਰ ਉਹਨੂੰ ਪਤਾ ਹੀ ਹੁੰਦਾ ਸਾਰੇ ਪਿੰਡ 'ਚ ਕਿ ਕਿਹਦੇ ਕਿਹਦੇ ਪਹਿਲਾਂ ਕਾਰਡ ਜਾਂ ਕਿਹੜਾ ਗਰੀਬ ਹੈ। ਉਹਨਾਂ ਸਾਰਿਆਂ ਨੂੰ ਰਾਸ਼ਨ ਜਿਹੜਾ ਉਹ ਬਿਲਕੁਲ ਫਰੈਸ਼, ਜਿਹੜੀ ਕਣਕ ਹੁਣ ਆਈ ਹੈ ਮੰਡੀਆਂ 'ਚ ਉਹੀ ਕਣਕ ਗਰੀਬਾਂ ਨੂੰ ਉੱਥੇ ਮਿਲੂਗੀ, ਜਿਹੜੀ ਜਿਹੜੀ ਕਣਕ ਦੀ ਰੋਟੀ ਮੇਰੇ ਘਰੇ ਬਣਦੀ ਹੈ ਉਹੀ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਬਣੂਗੀ। ਇਹ ਨਹੀਂ ਹੈਗਾ ਕਿ ਗਲੀ ਸੜੀ ਮਿੱਟੀ ਵਾਲੀ ਸੁਸਰੀ ਲੱਗੀ ਹੋਈ ਕਣਕ ਇਹੋ ਜਿਹੀ ਦੇਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ। ਸੋ ਇਹ ਅਨਮਨੁੱਖੀ ਵਿਹਾਰ ਨਹੀਂ ਕਰਨਾ। ਵੀਰੋ ਕਿਵੇਂ ਕੱਟ ਜੂਗੀ ਜਵਾਕ ਨੂੰ ਪੜ੍ਹਾ ਲਈਏ। ਮੈਂ ਦੋਨੇ ਮਜਬੂਰੀਆਂ ਮੈਂ ਮਰਜ਼ੀ 'ਚ ਬਦਲਣੀਆਂ ਚਾਹੁੰਦਾ। ਆਉਣ ਵਾਲੇ ਕੁਛ ਮਹੀਨਿਆਂ ਤੱਕ ਤੁਹਾਡੀ ਮਰਜ਼ੀ ਹੋਊਗੀ, ਇਲਾਜ ਪ੍ਰਾਈਵੇਟ 'ਚ ਕਰਾਉਣਾ ਜਾਂ ਸਰਕਾਰੀ 'ਚ ਕਰਾਉਣਾ, ਇਲਾਜ ਇੱਕੋ ਜਿਹਾ ਹੋਊਗਾ। ਪਰ ਔਰ ਸਰਕਾਰੀ 'ਚ ਪੈਸੇ ਵੀ ਨਹੀਂ ਲੱਗਣੇ, ਮੁਫ਼ਤ ਇਲਾਜ ਹੋਊਗਾ ਜਿਵੇਂ ਦਿੱਲੀ 'ਚ ਹੁੰਦਾ। ਬਿਲਕੁਲ ਐਵੇਂ ਜਿਵੇਂ ਆਪਾਂ ਸਕੂਲਾਂ ਦਾ ਕਰ ਦੇਣਾ ਕਿ ਤੁਹਾਡੀ ਮਜਬੂਰੀ ਨਹੀਂ, ਤੁਹਾਡੀ ਮਰਜ਼ੀ ਹੈ। ਪ੍ਰਾਈਵੇਟ 'ਚ ਪੜ੍ਹਾਉਣਾ ਬੱਚਾ ਪ੍ਰਾਈਵੇਟ ਪੜ੍ਹਾ ਲਓ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾਓ, ਪਰ ਪੜ੍ਹਾਈ ਇੱਕੋ ਜਿਹੀ ਹੋਊਗੀ ਅਤੇ ਸਰਕਾਰੀ 'ਚ ਫੀਸ ਨਹੀਂ ਲੱਗੂਗੀ, ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ। ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ। ਜੇ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰ ਕੇ ਮੇਰਾ ਸਾਥ ਦਿਓ। ਸੋ ਵੀਰ 43,000 ਨੌਕਰੀਆਂ, ਉਸ ਤੋਂ ਬਾਅਦ ਬਿਜਲੀ ਦੇ ਬਿੱਲ, ਅੱਧੀ ਤੋਂ ਵੱਧ ਕਮਾਈ ਬਿਜਲੀ ਦੇ ਬਿੱਲ 'ਚ ਚਲੀ ਜਾਂਦੀ ਸੀ। ਵੀਰੋ 300 ਯੂਨਿਟ ਪਰ ਮੰਥ, ਯਾਨੀ ਕਿ 600 ਯੂਨਿਟ, ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ, ਭਾਵੇਂ ਏਸੀ ਵੀ ਲੱਗੇ ਹੋਏ ਤੁਹਾਡੇ ਘਰ, ਪਰ ਜੇ ਤੁਹਾਡਾ ਬਿਜਲੀ ਦਾ ਜਿਹੜਾ ਮੀਟਰ ਹੈ ਉਹ 600 ਤੋਂ ਥੱਲੇ ਹੈ ਤਾਂ ਬਿਜਲੀ ਦਾ ਬਿੱਲ ਜ਼ੀਰੋ ਆਊਗਾ। 90% ਘਰਾਂ ਨੂੰ ਬਿਜਲੀ ਦਾ ਬਿੱਲ, ਜਿਹਨਾਂ ਜਿਹਨਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਹੱਥ ਖੜੇ ਕਰਕੇ ਤਾੜੀਆਂ ਮਾਰ ਦਿੰਦਾ ਸਾਰੇ ਵਾਂਗੂ। ਬਿਲਕੁਲ ਇਸੇ ਤਰ੍ਹਾਂ ਹੀ ਹੋਰ ਸਹੂਲਤਾਂ ਜਿਹੜੀਆਂ ਗਰੀਬਾਂ ਨੂੰ, ਇਹਨਾਂ ਨੇ ਕਾਰਡ ਕੱਟਤੇ ਸੀ, ਕਈ ਲੋਕਾਂ ਨੇ ਗਲਤ ਬਣਾ ਲਏ। ਮੈਂ ਆਰਡਰ ਕਰਤਾ ਕਿ ਜਿਹਦੇ ਕੋਲ ਪਹਿਲਾਂ ਕਾਰਡ ਸੀ ਉਹਦਾ ਕਾਰਡ ਭਾਵੇਂ ਉਹਦੇ ਹੱਥ 'ਚ ਬਾਅਦ 'ਚ ਆਵੇ, ਪਰ ਉਹਨੂੰ ਪਤਾ ਹੀ ਹੁੰਦਾ ਸਾਰੇ ਪਿੰਡ 'ਚ ਕਿ ਕਿਹਦੇ ਕਿਹਦੇ ਪਹਿਲਾਂ ਕਾਰਡ ਜਾਂ ਕਿਹੜਾ ਗਰੀਬ ਹੈ। ਉਹਨਾਂ ਸਾਰਿਆਂ ਨੂੰ ਰਾਸ਼ਨ ਜਿਹੜਾ
ਉਹ ਬਿਲਕੁਲ ਫਰੈਸ਼ ਜਿਹੜੀ ਕਣਕ ਹੁਣ ਆਈ ਹੈ ਮੰਡੀਆਂ 'ਚ ਉਹੀ ਕਣਕ ਗਰੀਬਾਂ ਨੂੰ ਉੱਥੇ ਮਿਲੂਗੀ ਜਿਹੜੀ ਜਿਹੜੇ ਕਣਕ ਦਾ ਜਿਹੜੀ ਕਣਕ ਦੀ ਰੋਟੀ ਮੇਰੇ ਘਰੇ ਬਣਦੀ ਹੈ ਉਹੀ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਬਣੂਗੀ। ਇਹ ਨਹੀਂ ਹੈਗਾ ਕਿ ਗਲੀ ਸੜੀ ਮਿੱਟੀ ਵਾਲੀ ਸੁਸਰੀ ਲੱਗੀ ਹੋਈ ਕਣਕ ਇਹੋ ਜਿਹੀ ਦੇਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ। ਸੋ ਇਹ ਅਨਮਨੁੱਖੀ ਵਿਹਾਰ ਨਹੀਂ ਕਰਨਾ ਵੀਰੋ। Subscribe to One India channel and never miss an update.